ਦੇ ਚੂਚੇ ਖੋਲ ਦੇ, ਕੋਈ ਨਾ ਫਿਰ ਲੈਣਗੇ। ਚੂਚੇ ਖੋਲਤੇ ਬਈ, ਪਹਿਲਾਂ ਵੀ ਰੱਜੇ ਹੋਏ ਨੇ ਵੈਸੇ, ਦੇਖੋ ਕਿੱਡੇ ਕਿੱਡੇ ਹੋ ਗਏ। ਆਹ ਕਾਲੇ ਜਿਹੇ ਤਾਂ ਵੱਡੇ ਹੋ ਗਏ ਸਾਲੇ। ਆਹ ਦੋ ਇੱਕ ਇੱਕੇ ਛੋਟਾ ਆ ਹਾਂ ਨਾ ਮਗਰਲਾ, ਬਾਕੀ ਤਾਂ ਹੋ ਗਏ ਕੈਮ ਜੇ। ਹਾਂਜੀ ਨਰਵੈਰ ਸਿੰਘ ਜੀ ਠੀਕ ਹੈ? ਭਾਊ ਦਾ ਕੱਟ ਦੇਖੋ, ਕੱਟ ਆਈਦਾ ਦੇਖੋ ਪਿੱਛੋਂ ਦਿਖਾਈ ਜਿਵੇਂ ਖੁੰਬ ਹੁੰਦੀ ਹੈ। ਹਾਂ ਬਾਈ ਠੀਕ ਹੈ, ਦਿਲ ਆਪਣੇ ਖੁੱਡੇ ਪਾਏ ਹੋਏ ਕੰਮ ਆ ਗਏ ਆ, ਵਧੀਆ ਰਹਿੰਦੇ ਉੱਥੇ ਉੱਪਰ ਕਬੂਤਰ। ਹਾਂ ਮੈਂ ਕਿਹਾ ਫਿਰ ਲੈਣਗੇ ਅਸੀਂ ਬੈਠਣਾ ਇੰਨੇ ਉਰੇ ਦੋ ਘੜੀ। ਅਤੇ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ, ਕਹਿੰਦੇ ਕੈਮ ਹੋ ਸਾਰੇ, ਜਾਨਵਰ ਸੈੱਟ ਸਾਰਿਆਂ ਦੇ। ਬਹੁਤ ਦਿਨਾਂ ਬਾਅਦ ਵਲੋਗ ਬਣਾਉਣ ਲੱਗਿਆ ਬਾਈ, ਉਹ ਮੈਂ ਪੁਰਾਣੇ ਹੀ ਪਾਉਣਾ ਹਾਲੇ, ਅਤੇ ਨੂਰੀ ਵੱਲ ਮਾਰ ਲਈਏ ਜਿਹੜਾ। ਹਾਂ ਬਾਈ ਦੇਖੋ ਤਾਂ ਫਿਰ ਦਿਨੋਂ ਦਿਨ ਹੁੰਦੀ ਜਾਂਦੀ ਹੈ ਘੈਂਟ, ਨਜ਼ਰ ਨਾਲ ਲੱਗੇ ਓਕੇ ਆ ਰਿਪੋਰਟ। ਚੱਲ ਵੀ ਮਿੱਤਰਾਂ ਕਬੂਤਰ ਕੱਟ ਕਰੀਏ ਪਹਿਲਾਂ ਬਾਈ, ਬੜੇ ਜੋੜੇ ਕਰ ਦਈਏ ਕੱਟ ਆਪਾਂ, ਕਿਉਂਕਿ ਤੁਹਾਨੂੰ ਵੀ ਪਤਾ ਉੱਦਣ ਉੜ ਗਈ ਸੀ ਰੱਤੀ, ਅਤੇ ਉੱਪਰਲੇ ਕਬੂਤਰਾਂ ਦਾ ਕੰਮ ਨਿਬੇੜਿਆ ਹੋਇਆ ਦਾਣਾ ਪਾਣੀ, ਕਿਉਂਕਿ ਉਹ ਦੇਖੋ ਬੱਦਲ ਬਾਹਲਾ ਹੋਇਆ ਹੋਇਆ, ਕਬੂਤਰਾਂ ਦੋ ਕੁੱਟਦੇ ਫਿਰਦੇ ਉਹ ਵੀ ਤਾਰਨ ਲੱਗੇ ਹੋਏ ਨੇ। ਅਤੇ ਜੱਸੇ ਇੱਕ ਇੱਕ ਕਰਕੇ ਲਿਆਈ ਚੱਲ, ਹੈ ਨਾ, ਮੈਂ ਉਰੇ ਬੈਠਦਾ, ਛੱਡੀ ਜਾਵਾਂਗੇ ਬਾਹਰ ਆਪਾਂ ਉੱਕਣੇ, ਠੀਕ ਹੈ? ਲਿਆਓ ਵੀ ਮਿੱਤਰੋ ਕਰ ਲਈਏ ਕੱਟ ਸਾਰਿਆਂ ਨੂੰ, ਆਪਣੀ ਚੇਅਰ ਰੱਖੀਏ ਇੱਥੇ, ਇਹ ਇੱਥੇ ਰੱਖ ਲਾ ਕੋਲੇ, ਲੈ ਬਾਈ ਉੱਕੇ ਆ ਰਿਪੋਰਟ। ਚੂਚੇ ਫਿਰ ਰਹੇ ਨੇ ਕੋਈ ਚੱਕਰ ਨਹੀਂ, ਆਹ ਦੇਖੋ ਕਿੱਡਾ ਚੂਚਾ ਹੋ ਗਿਆ, ਲਿਆਈ ਚੱਲ, ਇਹਦਾ ਕੀ ਕੱਟ ਕਰਨਾ ਵਿਚਾਰੇ ਦਾ, ਉੱਡਦਾ ਇਹ, ਲਿਆਓ ਬਾਈ ਪਹਿਲਾਂ ਇਹਨੂੰ ਹੀ ਕੱਟ ਕਰਦੀ, ਕੰਨੀਆਂ ਕੱਢ ਦੇ ਬੱਚੇ ਥੱਲੇ ਹੀ ਨੇ ਨਾ ਇਹਦੇ, ਹਾਂ ਇਹਦੀਆਂ ਕੰਨੀਆਂ ਕੱਢਦੇ ਸਾਫ਼ ਜਿਹੀਆਂ ਆ ਜਾਣਗੀਆਂ, ਬਸ ਸਾਫ਼ ਹੈ ਨਾ, ਜ਼ੋਰ ਨਹੀਂ ਲੱਗੂਗਾ। ਚੱਲ ਛੱਡ ਦੇ ਇੱਥੇ, ਚੁਗ ਲੂਗਾ ਇਹ, ਬਸ ਠੀਕ ਆ ਓਕੇ ਰਿਪੋਰਟ। ਪਹਿਲਾਂ ਆ ਫੜ ਲਿਆ, ਕਰ ਦਈਏ ਬਾਈ ਕੱਟ ਇਹਨਾਂ ਨੂੰ, ਉਹ ਆਹ ਤਾਂ ਖਾਸੀ ਸਾਰਾ ਹੈ, ਲਾ ਦੇਖ ਲਓ ਬਾਈ, ਇਹ ਤਾਂ ਜੇ ਇੱਕ ਵਾਰੀ ਉੜ ਗਏ ਲੱਗੇ ਵੀ ਨਹੀਂ ਹੋਏ ਤਾਂ ਪਤਾ ਵੀ ਨਹੀਂ ਲੱਗਣਾ। ਪਿੱਛੇ ਹੀ ਫਿਰਦੇ ਐਨ ਮੌਜਾਂ ਨਾਲ ਓਕੇ ਰਿਪੋਰਟਾਂ ਨੇ, ਲਿਆਓ ਬਾਈ ਕਰੀਏ ਕੱਟ ਇਹਨਾਂ ਨੂੰ। ਆਹ ਨਵੀਂ ਆ ਰਹੀ ਹੈ, ਆਹ ਨਵੇਂ ਆਏ ਹੋਏ ਨੇ, ਦਿਖਾ ਇੱਧਰ ਮੂੰਹ ਦਿਖਾ ਇਹਦਾ, ਤਾਂ ਹੀ ਥੰਬਨੇਲ ਬਣੂਗਾ ਓਕੇ ਆ ਰਿਪੋਰਟ, ਠੀਕ ਆ। ਓਹੋ ਐਂ ਕਿਉਂ ਕਰਤੀ ਹੈ, ਐਂ ਕਿਉਂ ਕਰਤੀ ਹੈ, ਛੱਡ ਦੇ ਲਓ ਬਈ, ਵਾਰੀ ਵਾਰੀ ਕਰ ਦਈਏ ਕੱਟ ਆਪਾਂ, ਠੀਕ ਹੈ, ਅਤੇ ਇਹ ਚੁਗੀ ਜਾਣਗੇ ਇਹਨੇ, ਕੱਟ ਕਰਕੇ ਬਾਈ ਛੱਡੀ ਜਾਂਦੇ ਆਪਾਂ ਬਾਹਰ। ਇੱਕ ਕਬੂਤਰੀ ਬਿਨਾਂ ਕੱਟ ਤੋਂ ਨਿਕਲ ਗਈ, ਆਹ ਫਿਰਦੀ ਹੈ ਲਾਲਚੀਨੀ ਜੀ, ਆਹ ਦੇਖੋ ਇਹ ਖੁੱਡੇ 'ਚੋਂ ਨਿਕਲ ਗਈ। ਅਤੇ ਚਲੋ ਹੁਣ ਬਾਕੀ ਹੋਰ ਕਰ ਦਈਏ ਕੱਟ, ਇਹਨੂੰ ਕਰੀਏ ਹਰੀ, ਚੱਲ ਅੱਧ ਵਿਚਾਲੇ ਬਾਈ ਲੱਗੇ ਆ ਕਬੂਤਰ ਬੰਦ ਕਰਨ, ਕਿਉਂਕਿ ਮੀਂਹ ਪੈਣ ਲੱਗ ਗਿਆ, ਮੀਂਹ ਆ ਗਿਆ ਲੈ, ਕਰਦੇ ਕਰਦੇ ਅੰਦਰੇ ਵਾੜ ਦੀ ਇਹਨਾਂ ਨੂੰ, ਹੈ ਨਾ, ਚਲੋ 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 ਕੱਟ ਹੋਣ 'ਤੇ ਥੋੜ੍ਹੇ ਜਿਹੇ ਰਹਿ ਗਏ ਦੋ ਚਾਰ ਕੁ, ਮੀਂਹ ਖਾ ਲਾ ਬਾਈ, ਚੂਚੇ ਮੋੜ ਲਿਆ ਮਾੜੇ ਜੇ, ਆਹ ਦੇ ਇੱਧਰ ਫਿਰਦੇ ਨੇ
ਦੋ ਆ ਫਿਰਦੇ ਨੇ, ਚਾਰ ਆ ਫਿਰਦੇ ਨੇ, ਤਿੰਨ ਉਹ ਫਿਰਦੇ ਨੇ ਸਾਲੇ ਕਿੱਥੇ। ਚਲੋ ਸਾਲੇ ਤੁਹਾਨੂੰ ਡਰ ਪਏ ਨੀ ਬਿੱਲੀ ਦਾ ਓਏ, ਇੱਧਰ ਨੂੰ ਸਾਲੇ। ਉਹ ਕਿੱਡੀ ਦੂਰ ਗਿਆ, ਚਲੋ ਚੱਲ ਚਲੋ ਖੁੱਡੇ 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 ਹੈਂ। ਇੱਕ ਇੱਧਰ ਗਿਆ ਮੈਨੂੰ ਲੱਗਦਾ। ਚਲੋ 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 ਆ ਗਏ, ਨਾ ਨਿਗਾਹ ਮਾਰ ਲਾ ਮੜੀ। ਚੱਲ ਆ ਸਾਲਾ ਬੜਾ ਸਭ ਤੇ, ਤਿੰਨ ਮਈ ਸੀ ਨਾ ਸਿੱਟੀ ਪਈ ਹੈ। ਵੜ ਗਏ ਦੋ ਨੇ ਇੱਧਰ, ਕੱਢ ਪਊ ਇਹਨਾਂ ਨੂੰ। ਕਿੰਨੇ ਵੜ ਗਏ? ਅੱਠ ਵੜ ਗਏ। ਜੱਸੇ ਇਹਨਾਂ ਨੂੰ ਦਾਣੇ ਪਾ ਦੇ, ਅੜੀ ਅੰਦਰ ਰੱਖ ਦੇ ਟਰੀਆਂ। ਹੋ ਗਏ ਓਕੇ, ਚੱਲ ਕਰ ਦੇ ਬੰਦ। ਸਾਲਾ ਮੀਂਹ ਕਿੰਨੀ ਤੇਜ਼ ਆ ਗਿਆ ਓਏ, ਇੱਕੋ ਲਖਤ ਆ ਗਿਆ ਮੀਂਹ। ਚਲੋ ਬਾਈ ਇਹਨੇ ਅੰਦਰ ਚੱਲਦੇ ਹਾਂ, ਬਾਅਦ ਚੋਂ ਦਿਖਾਉਂਦੇ ਹਾਂ। ਅੰਦਰੇ ਪਾ ਦੇ, ਪਾਣੀ ਹੈਗਾ ਇਹ 'ਚ? ਪਾਣੀ ਵੀ ਚੈੱਕ ਕਰ ਲਈ, ਫੁੱਲ ਮੀਂਹ ਦੇਖ ਲਓ ਬਾਈ, ਮੀਂਹ 'ਚ ਉੱਡਦੇ ਨੇ ਕਬੂਤਰ, ਆ ਦੇਖ ਲਓ ਤਿੰਨ ਉੱਡਦੇ ਨੇ। ਮੀਂਹ ਦੇਖ ਲਓ, ਮੀਂਹ ਪੈ ਰਿਹਾ ਪੂਰਾ ਤੇਜ਼, ਐਨ ਬੱਦਲੇ ਬੱਦਲ ਗੜਕ ਰਿਹਾ। ਕਬੂਤਰਾਂ ਨੂੰ ਅੰਦਰੇ ਪਾਤਾ ਦਾਣਾ, ਅਤੇ ਪਾਣੀ ਕਰ ਦਿੰਦੇ ਚੇਂਜ, ਚੂਚੇ ਕਰਤੇ ਬੰਦ। ਹਾਂ ਅੱਧਾ ਕੁ ਢੱਕਣ, ਇੱਕ ਢੱਕਣ ਪਾ ਦੇ ਸਰੋਂ ਦਾ। ਮੀਂਹ ਤਾਂ ਗਿਆ ਬਾਈ ਹਟ, ਕਾਫੀ ਪੈ ਲਿਆ, ਇੱਕੋ ਲਖਤ ਤੇਜ਼ ਜਿਹਾ ਆਇਆ। ਆਹ ਦੇਖ ਲਓ ਪਾਣੀ ਕਾੜਾ, ਆਪਾਂ ਗਰਾਊਂਡ 'ਚ ਦੇਖ ਆਈਏ ਸ਼ਾਮ ਨੂੰ ਖੇਡ ਹੋਜੂਗਾ। ਨਹੀਂ ਪਹੁੰਚ ਗਏ ਬਾਈ ਗਰਾਊਂਡ 'ਚ, ਆਹ ਦੇਖੋ ਬਾਹਰਲੀਆਂ ਕਿਆਰੀਆਂ ਦੇਖ ਲਓ, ਆਹ ਦੇਖੋ ਫੁੱਲ ਬੂਟੇ ਲਵਾ ਦੇ ਆਪਾਂ, ਇਹ ਫੁੱਲਾਂ ਵਾਲੇ ਨੇ ਸਾਰੇ। ਅਤੇ ਮੀਂਹ ਤਾਂ ਸੋਹਣਾ ਪੈ ਗਿਆ, ਘਾਹ ਵੀ ਦੇਖੋ ਚੱਲ ਪਿਆ, ਖੰਜੂਰਾਂ ਵੀ ਚੱਲ ਪਈਆਂ, ਇੱਧਰ ਆਹ ਬੂਟੇ ਵੀ ਲੱਗ ਗਏ ਦੇਖੋ ਕਿਆਰੀ 'ਚ, ਘੈਂਟ ਲੱਗਦੀ ਆ। ਹੁਣ ਆਪਾਂ ਦੇਖੀਏ ਆਪਣੇ ਵਾਲਾ ਗਰਾਊਂਡ, ਹੈ ਨਾ। ਆਹ ਦੇਖੋ ਆਹ ਛੋਟੇ ਛੋਟੇ ਬੂਟੇ ਲਾਏ ਨੇ ਨਾ ਜਿਹੜੇ, ਇਹ ਬਲੈਕ ਗਰਾਸ ਹੈ, ਬਾਹਲਾ ਘੈਂਟ ਲੱਗਦਾ ਇਹ ਦੇਖਿਓ ਜਦ ਹੋ ਗਿਆ। ਹੁਣ ਗਰਾਊਂਡ ਦੇਖ ਲਈਏ ਆਪਣੇ ਵਾਲਾ, ਇੱਕ ਮਿੰਟ, ਕੈਮਰਾ ਸਾਫ਼ ਹੈ? ਹਾਂ ਸਾਫ਼ ਹੈ। ਠੀਕ ਹੈ, ਵਾਲੀਬਾਲ ਵਾਲਾ ਤਾਂ ਆਪਣਾ ਠੀਕ ਹੈ, ਜਦ ਤੱਕ ਧੁੱਪ ਜੀ ਆ ਗਈ ਹੁਣ ਹੋ ਜੂਗਾ ਸੈੱਟ ਜਿਹਾ। ਠੀਕ ਆ, ਓਕੇ ਹੀ ਆ, ਆ ਇੰਨਾ ਕੇ ਪਾਣੀ ਖੜ੍ਹਾ, ਇਹਦਾ ਕੋਈ ਚੱਕਰ ਨਹੀਂ, ਪਾੜੇ ਤੋਂ ਬਾਹਰੇ ਆ ਇਹ। ਓਕੇ ਰਿਪੋਰਟ, ਗਰਾਊਂਡ 'ਚ ਨਿਗਾਹ ਮਾਰ ਲਓ, ਕਮਰੇ ਨੂੰ ਵੀ ਹੋ ਰਿਹਾ ਪੇਂਟ, ਬਾਲ ਪੱਟੀ ਭਰੀ ਗਈ, ਬਸ ਹੁਣ ਪੇਂਟ ਦੀ ਵਾਰੀ ਆ, ਕੱਲ੍ਹ ਨੂੰ ਜਾਂ ਪਰਸੋਂ ਨੂੰ। ਚਲੋ ਹੁਣ ਚੱਲਦੇ ਹਾਂ ਘਰ ਨੂੰ ਆਪਾਂ, ਹੁਣ ਚੱਲੇ ਹਾਂ ਬਈ ਆਪਾਂ ਕੋਠੇ 'ਤੇ। ਛੋਟੇ ਬੱਚਿਆਂ ਦੀ ਪਹਿਲੀ ਡਾਈ ਕਰਾ ਦਈਏ ਅੱਜ ਟਾਈਮ ਲਾ ਕੇ, ਅਤੇ ਚਲੋ ਛੱਡਦੇ ਹਾਂ। ਹੁਣ ਜੱਸੂ ਪਹੁੰਚ ਗਿਆ ਉੱਪਰ, ਜੱਸੇ ਚਾਬੀ ਲਿਆ ਆ, ਚਾਬੀ ਤਾਂ ਮੇਰੇ ਕੋਲ ਹੈ, ਫੜ ਲਏ ਬਈ ਦੋਨੇ ਬੱਚੇ, ਕਰਾਉਂਦੇ ਹਾਂ ਡਾਈ ਇਹਨਾਂ ਦੀ ਪਹਿਲੀ ਅੱਜ। ਡਾਈ ਤਾਂ ਅੱਖਾਂ ਕਰ ਗਿਆ ਉਹ, ਇੱਕ ਮਿੰਟ ਹੋਈ, ਚੰਦ ਜਿਹਾ ਬਣਾ ਗਿਆ ਦੋਨੇ ਸਾਈਡ ਬਣਾ ਗਿਆ। ਚੱਲ ਬਈ ਬੈਠ ਗਏ ਦੋਨੇ ਬਾਈ ਛੇਤਰੇ, ਹਵਾ ਚੱਲਦੀ ਹੈ ਯਾਰ,
ਹੈਨਾ ਫਿਰ ਹੁਣ ਤੂਫਾਨ ਵੀ ਕੱਢ ਬਾਹਰ ਤੂਫਾਨ ਵੀ ਕੱਢ ਲਿਆ ਬਾਈ ਬਾਹਰ ਛੱਡ ਦੇ ਥੋੜ੍ਹਾ ਜਿਹਾ ਦੇਖਦੇ ਢਾਂਗੀ 'ਤੇ ਬਹਿੰਦਾ ਉਹ ਸਾਲਾ ਉੱਡ ਗਿਆ ਇਹ ਕਿੱਥੇ ਬਹਿੰਦਾ ਢਾਂਗੀ 'ਤੇ ਉਹ ਹੋ ਗਿਆ ਢਾਂਗੀ ਆਹ ਵੀ ਲਾ ਦੇ ਹੈ ਨਾ ਭਜੌਲੀ ਵਾਲਾ ਬੰਨਦੇ ਪਰ ਰੱਤਾ ਬੰਨਦੇ ਹਾਂ ਬਾਈ ਕਿਉਂਕਿ ਫਿਰ ਥੱਲੇ ਕਬੂਤਰ ਕਬਾਤਰ ਦੇਖੀਏ ਬੱਚਿਆਂ ਨੂੰ ਦੇਖੀਏ ਤੂਫਾਨ ਤਾਂ ਹੋ ਜਾ ਰਿਹਾ ਕਿਉਂਕਿ ਤੂਫਾਨ ਤਾਂ ਬਈ ਪੱਕਾ ਹੈ ਨਾ ਪਿਛਲੀ ਵਾਰ ਦਾ ਮਾੜੀ ਮੋਟੀ ਦੇਖੋ ਹਵਾ ਚੱਲਦੀ ਹੈ ਬੱਚਿਆਂ ਨੂੰ ਔਖਾ ਹੋ ਜਾਣਾ ਤੂਫਾਨ ਨੇ ਤਾਂ ਉੱਡੀ ਜਾਣਾ ਸਿੱਧਾ ਛਤਰੀ 'ਤੇ ਆਉਣਾ ਉਹਨੇ ਤਾਂ ਬੱਚੇ ਕਈ ਵਾਰ ਇੱਧਰ ਉੱਧਰ ਹੋ ਜਾਣ ਨਾ ਆ ਦੇਖੋ ਉੱਡਦਾ ਤੂਫਾਨ ਥੱਲੇ ਹਵਾ ਲੱਗਦੀ ਨਹੀਂ ਦੀ ਆਪਾਂ ਨੂੰ ਹੈ ਨਾ ਉੱਪਰ ਆ ਗਈ ਥੋੜ੍ਹਾ ਜਿਹਾ ਪਤਾ ਲੱਗਿਆ ਹਾਲਾ ਬੰਨ ਨਹੀਂ ਹੋਇਆ ਹਾਂ ਬਾਨੇ ਨੂੰ ਦੋ ਤਿੰਨ ਦਿਨ ਲਗਾਤਾਰ ਹੈ ਨਾ ਉੱਦਣ ਛਤਰੀ 'ਤੇ ਨਹੀਂ ਆਇਆ ਇਹ ਆ ਪਿੰਡ ਵੀ ਉੱਡਦੇ ਆ ਤਿੰਨ ਕਬੂਤਰ ਉੱਡਦੇ ਨੇ ਇੱਕ ਆ ਜਾਂਦਾ ਕਿਸੇ ਦਾ ਨੀਵਾਂ ਨੀਵਾਂ ਜਿਹਾ ਬਾਕੀ ਦੋ ਚਾਰ ਟੈਂਕੀਆਂ 'ਤੇ ਬੈਠੇ ਨੇ ਮੈਂ ਕਹਿੰਦਾ ਉੱਧਰ ਉੱਧਰ ਲਈ ਜਗ੍ਹਾ ਲਾਈ ਢਾਂਗੀ ਉੱਧਰ ਲਾ ਦੀ ਹਾਂ ਬਾਂਸ ਵਾਲਾ ਡੰਡਾ ਕਿੱਥੇ ਆਪਣਾ ਬਾਂਸ ਪਾਉਂਦੇ ਨੇ ਜਿਹੜਾ ਉੱਪਰ ਚੱਲ ਉੱਪਰ ਅੰਨਾ ਸਾਲਿਆ ਇਹ ਬਹੁਤ ਯਾਰ ਤੰਗ ਕਰਦਾ ਹੈ ਨਾ ਮਾਂ ਕਿਤੇ ਨੀਲਾ ਆ ਗਿਆ ਕਿਸੇ ਦਾ ਕਿ ਨੀਲਾ ਹੀ ਹੈ ਆਹ ਗੋਲਾ ਸਾਲਾ ਕਿ ਨੀਲਾ ਉੜ ਗਏ ਭਾਈ ਦੋਏ ਬੱਚੇ ਆ ਫੇਰ ਲੰਕ ਗਿਆ ਸਾਲਾ ਗੰਦ ਗੰਦ ਕਬੂਤਰ ਆ ਇਹ ਗੰਦ ਹੈ ਗੰਦ ਆ ਲੱਗ ਗਏ ਬਈ ਬੱਚੇ ਤਾਂ ਲਾ ਦੀ ਬਈ ਢਾਂਗੀ ਰਿਪੋਰਟ ਹਾਂ ਹਵਾ ਘੱਟ ਗਈ ਹੁਣ ਤੂਫਾਨ ਹੋ ਜਾਂਦਾ ਬੱਚੇ ਆਖੀਦਾ ਤਾਂ ਹੋਰ ਦੇ ਗਏਦਾ ਕਾਲਾ ਬੂਟਾ ਆ ਫਿਰਦੇ ਆ ਬੱਚਾ ਆ ਫਿਰਦਾ ਬਾਈ ਇੱਕ ਤਾਂ ਆ ਦੇਖੋ ਇੱਕ ਆ ਉੱਚਾ ਲੱਗ ਗਿਆ ਥਾਪੇ ਮਾਰਦਾ ਦੇਖੋ ਬੱਚੇ ਦਾ ਤੂਫਾਨ ਮੇਲ ਬਣ ਗਏ ਦੋ ਇਹ ਲੈ ਬਾਈ ਮਿੱਤਰ ਪਾਣੀ ਪੂਣੀ ਕਰ ਦਈਏ ਚੇਂਜ ਆਪਾਂ ਇਹਨੇ ਕਬੂਤਰ ਦਾ ਤੂਫਾਨ ਵੀ ਉਹ ਲੱਗ ਗਿਆ ਉੱਚਾ ਅੱਜ ਬਸ ਆ ਗਿਆ ਡਾਂਗੀਆਂ ਅਤੇ ਹੁਣ ਇਹ ਬੱਚੇ ਆ ਜਾਂਦੇ ਨੇ ਪਿੱਛੇ ਇਹ ਆ ਹੋ ਗਏ ਤਿੰਨੇ ਇਕੱਠੇ ਆਪਣੇ ਵਾਲੇ ਅਤੇ ਚਲੋ ਪਾਣੀ ਪੂਣੀ ਵੀ ਆ ਫੰਗ ਬਹੁਤ ਲੱਗਦੇ ਨੇ ਯਾਰ ਹੈ ਨਾ ਚੱਲ ਵਧੀਆ ਹੈ ਹਾਂ ਇਹ ਉੱਡੀ ਜਾਂਦੇ ਨੇ ਨਾ ਅੰਦਰ ਸਮਕਾ ਚੱਲ ਝੜ ਜਾਣਗੇ ਹੁਣ ਬਾਹਰ
ਦੇਖੋ ਪੰਗੇ ਵੰਗ ਹੋ ਗਏ ਬਾਈ, ਭਰ ਜੂ ਐਨ ਕਬੂਤਰ ਸਿੱਖ ਨੇ ਸਾਰੇ ਉੱਕੇ ਰਿਪੋਰਟਾਂ ਨੇ ਆ ਫੇਰ ਝਾੜੇ ਜੇ ਪੈ ਗਿਆ ਸਾਲਾ ਹਰਾ ਡੂਸਾ ਗੁਲਾਬੀ ਝਾਲਰ ਚਲੋ ਕੋਈ ਨੀ ਆ ਜਾਣੇ ਇਹਨਾਂ ਨੇ ਦੋ ਲੋਟ ਕਾਲੀ ਪੂਛ ਗੁਲਾਬੀ ਝਾਲਰ ਤੇ ਹਰਾ ਡੂਸਾ ਹਨਾ ਬੰਨਣ ਲੱਗਿਆ ਛਤਰੀ ਤੇ ਦੋ ਕੁ ਦਿਨ ਬੰਨ ਲਈਏ ਫਿਰ ਇਹਨੂੰ ਵੀ ਡਾਈਆਂ ਚ ਕੱਢਣ ਲੱਗਾਂਗੇ ਤੇ ਉਹ ਤੋਂ ਪਹਿਲਾਂ ਰੱਤਾ ਰੱਤੇ ਤੋਂ ਬਾਅਦ ਇਹ ਇਹ ਤੋਂ ਬਾਅਦ ਦੋ ਦੀ ਵਾਰੀ ਹੋਰ ਆ ਜਾਣੀ ਜਾਣ ਨੂੰ ਹੌਲੀ ਹੌਲੀ ਕਰਕੇ ਕੱਢਾਂਗੇ ਦਸ ਕੁ ਦਿਨ 'ਚ ਸਾਰੇ ਕੱਢ ਲੈਣੇ ਆਪਾਂ ਨੇ ਆਹ ਦੇਖੋ ਯਾਰ ਪੱਕਾ ਛਤਰੀ 'ਤੇ ਲੱਗਿਆ ਹੋਇਆ ਨਾਲੇ ਰੱਤਾ ਨਾ ਤਾਂ ਉੱਦਣ ਪਹਿਲੀ ਡਾਈ ਨੂੰ ਛਤਰੀ 'ਤੇ ਆਇਆ ਨਾ ਹੁਣ ਛਤਰੀ 'ਤੇ ਟੇਕੇ ਪੈਂਦਾ ਕਿੱਥੇ ਗੰਦ ਪਾਇਆ ਸਾਲੇ ਨੇ ਇਹਨੂੰ ਛੱਡ ਕੇ ਸਾਲੇ ਨੂੰ ਜਾ ਵੀ ਨਹੀਂ ਸਕਦੇ ਥੱਲੇ ਬਚੇ ਵੀ ਨੀਵੇਂ ਕਰੀ ਜਾਂਦਾ ਇਹ ਜੇ ਰੱਸੀ ਛੋਟੀ ਕਰਦੇ ਹਾਂ ਤਾਂ ਊਂ ਲੱਤਾਂ ਸੁੱਜ ਜਾਂਦੀਆਂ ਇਹਨਾਂ ਦੀਆਂ ਬੜੀ ਕਰਦੇ ਹਾਂ ਤਾਂ ਆਹ ਲੱਛਣ ਕਰੀ ਜਾਂਦੇ ਨੇ ਬੱਚੇ ਦਾ ਉਹ ਫਿਰਦੇ ਆ ਬਾਈ ਆਹ ਫਿਰਦਾ ਹਰਾ ਡੂਸਾ ਉਹ ਦੋ ਤਾਂ ਬਾਹਲੇ ਉੱਚੇ ਲੱਗੇ ਹੋਏ ਨੇ ਉਹ ਫਿਰਦੇ ਨੇ ਤੂਫਾਨ ਤੇ ਦੂਜਾ ਬੱਚਾ ਆਹ ਫਿਰਦੇ ਆ ਬਾਈ ਤੂਫਾਨ ਤੇ ਹਰੇ ਡੂਸੇ ਵਾਲਾ ਬੱਚਾ ਤੇ ਗੁਲਾਬੀ ਵਾਲਾ ਬਾਈ ਬਾਹਲਾ ਉੱਚਾ ਸ਼ਾਇਦ ਦਿਖਦਾ ਹੋਵੇ ਤੁਹਾਨੂੰ ਉਹ ਜਾਂਦਾ ਤੇ ਆ ਗਿਆ ਤੂਫਾਨ ਆ ਗਿਆ ਦੂਜੀ ਹਰੇ ਡੂਸੇ ਵਾਲਾ ਆ ਦੇਖੋ ਆਪਾਂ ਚੱਲਦੇ ਹਾਂ ਹੁਣ ਥੱਲੇ ਇਹਨਾਂ ਨੂੰ ਉੜਨ ਦਿਓ ਹੁਣ ਚੱਲੇ ਬਾਈ ਆਪਾਂ ਦੁੱਧ ਪਾਉਣ ਕਬੂਤਰਾਂ ਦੱਸਦੇ ਹਾਂ ਤੁਹਾਨੂੰ ਆ ਕੇ ਕਿਹੜਾ ਕਿੰਨੇ ਟਾਈਮ ਉੜਿਆ ਠੀਕ ਆ ਹੁਣ ਪਹੁੰਚ ਗਈ ਆਪਾਂ ਗਰਾਊਂਡ 'ਚ ਅਤੇ ਉੱਧਰੋਂ ਕੰਬਾਈਨ ਵੀ ਆਈ ਹੋਈ ਹੈ ਅਤੇ ਕੰਬਾਈਨ ਦਿਖਾਉਂਦੇ ਤੁਹਾਨੂੰ ਬਾਅਦ 'ਚ ਪਹਿਲਾਂ ਗਰਾਊਂਡ 'ਚ ਚੱਲਦੇ ਹਾਂ ਤੁਹਾਨੂੰ ਪੇਂਟ ਦਿਖਾਉਂਦਾ ਇੱਕ ਮਿੰਟ ਉਹ ਦੇਖੋ ਤਾਂ ਘੈਂਟ ਲੱਗਦਾ ਹੁਣ ਪੇਂਟ ਦੱਸਿਓ ਫਿਰ ਮਾੜਾ ਜਿਹਾ ਇਹ ਉਹ ਦੇਖੋ ਗਰਾਊਂਡ 'ਚੋਂ ਖੇਲ ਕੇ ਬਾਈ ਆ ਗਏ ਮੋਟਰ 'ਤੇ ਉੱਥੇ ਵਲੌਗ ਨਹੀਂ ਬਣਾ ਹੋਇਆ ਕਣਕ ਵੱਢ ਰਹੇ ਹਾਂ ਜੱਸਾ ਬੈਠਾ ਟਰੈਕਟਰ 'ਤੇ ਭਾਉ ਸਿੰਘ ਹੁਣੀ ਖੜ੍ਹੇ ਨੇ ਬੈਲੀ ਖੜ੍ਹਾ ਇੱਧਰ ਬੈਲੀ ਕਹਿੰਦੇ ਠੀਕ ਆ ਤਾਂ ਉਹ ਗਿਰੀ ਹੋਈ ਕਣਕ ਗਿਰੀ ਆ ਬਾਅਦ ਬੱਤੀ ਹਾਂ ਠੀਕ ਆ ਓਕੇ ਆ ਠੀਕ ਆ ਸਾਫ਼ ਹੈ ਉਹ ਰਹਿਣ ਦਾਂਗੇ ਉਹ ਹੁਣ ਪਹੁੰਚ ਗਏ ਵੀ ਆਪਾਂ ਘਰ ਕੰਬਾਈਨ ਵਾਲਿਆਂ ਦਾ ਚਾਹ ਪਾਣੀ ਲੈਣ ਪਹਿਲਾਂ ਕਬੂਤਰਾਂ ਵੱਲ ਮਾਰ ਲਈਏ ਗੇੜਾ ਅੱਜ ਗੇੜਾ ਵੀ ਨਹੀਂ ਵੱਜਿਆ
ਦਾਣੇ ਤਾਂ ਪਏ ਨੇ, ਫੁੱਲ ਲੈਣ ਪਾਣੀ ਪਾਣੀ ਘੱਟਤਾ ਵਾ ਪਾਣੀ, ਚਲੋ ਮੈਂ ਧੋ ਕੇ ਭਰ ਦਵਾਂ, ਧੋ ਕੇ ਭਰਦਾ ਪਾਣੀ। ਓਕੇ ਰਿਪੋਰਟ ਆ ਬਾਈ, ਪਾਣੀ ਪੂਣੀ ਪਾਤਾ, ਥੋੜ੍ਹੀ ਸਰੋਂ ਇੱਧਰ ਖੰਡਾ ਤੀ, ਮੈਂ ਕਿਹਾ ਚੱਲ ਸਾਈਡ 'ਤੇ ਚੁੱਕ ਲੈਣਗੇ, ਕਣਕ ਕੁਣਕ 'ਚ ਪਾਈ ਹੋਈ ਹੈ, ਬਾਕੀ ਹਾਲੇ ਜੋਗਾ ਜੁਗਾ ਦੇ ਦੇਣਗੇ। ਇੱਕ ਵਾਰੀ ਨੂਰੀ ਵੱਲ ਗੇੜਾ ਮਾਰ ਲਈਏ ਯਾਰ, ਨੂਰੀ ਨਹੀਂ ਦਿਖੀ ਮੈਨੂੰ। ਲੈ ਆਹ ਖੜੀ ਹੈ, ਆਪ ਆਹ ਖੜੀ ਹੈ, ਪੱਖਾ ਇੱਧਰ ਚੱਲਦਾ ਹੈ ਦੱਸ। ਚਲੋ ਬਾਈ ਫਰੈਸ਼ ਫਰੁਸ਼ ਹੋ ਕੇ ਫਿਰ ਚੱਲਦੇ ਹਾਂ ਮੋਟਰ 'ਤੇ, ਅਤੇ ਨੂਰੀ ਦਾ ਦੇਖ ਲਓ ਖੱਬੜ ਐਨ ਪੂਰਾ ਲੈ ਜਾਂਦਾ ਤਾ, ਐਨ ਦੇਖੋ ਤਾਂ ਓਕੇ ਰਿਪੋਰਟ, ਚੂਚੇ ਕਾਇਮ ਨੇ, ਕੱਲ੍ਹ ਨੂੰ ਦਿਖਾਵਾਂਗੇ ਤੁਹਾਨੂੰ।